ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵੀ ਦੇਸਾਂ ਵਿਦੇਸਾਂ ਵਾਲਿਓ, ਚੜ੍ਹਦੀ ਕਲਾ। ਦਾਸ ਜਹੇਦਾ ਨਰੈਣ ਸਿੰਘ ਮਿਸਲ, ਸ਼ਹੀਦਾਂ ਬਾਬਾ ਬਾਜ ਸਿੰਘ ਤਰਨਾ ਦਲ, ਜੋ ਕਿ ਕਾਫੀ ਦਿਨਾਂ ਤੋਂ ਅਸੀਂ ਜੋ ਸ਼ਿਵ ਸੈਨਾ, ਜੋ ਕਿ ਅਹਿਮਦ ਅਰੋੜਾ ਜੀ ਦੀਆਂ ਕਾਫੀ ਮੁੱਦਿਆਂ 'ਤੇ ਅਸੀਂ ਯੂਟਿਊਬ 'ਤੇ ਕਈ ਵਾਰੀ ਉਹਨਾਂ ਦੀਆਂ ਜੋ ਭੜਕਾਊ ਭਾਸ਼ਣ, ਭੜਕਾਊ ਵਿਚਾਰ, ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ, ਉਹ ਕਾਫੀ ਦਿਨਾਂ ਤੋਂ ਸੁਣ ਰਹੇ ਹਾਂ। ਮੈਂ ਉਹਨੂੰ ਪੁੱਛਣਾ ਚਾਹੁੰਦਾ ਵਾਂ, ਅਹਿਮਦ ਅਰੋੜੇ ਨੂੰ, ਵੀ ਤੂੰ ਕਹਿੰਦਾ ਪਨੂੰਨ ਸਿੰਘ ਪੰਨੂ ਦੇ ਮੂੰਹ 'ਤੇ ਕੋ ਕਾਲ ਖਮਰ ਹੈ, ਮੈਂ ਉਹਨੂੰ 20,000 ਰੁਪਈਆ ਦੇਵਾਂਗਾ, ਜਾਂ ਕੋ ਉਹਦੇ ਮੂੰਹ 'ਤੇ ਥੁੱਕੇ ਮੈਂ ਉਹਨੂੰ 1 ਰੁਪਈਆ ਦੇਵਾਂਗਾ। ਗੱਲ ਸੁਣ, ਮੈਂ ਤੈਨੂੰ ਪੁੱਛਣਾ ਚਾਹੁੰਦਾ ਵਾਂ ਵੀ ਤੁਹਾਡੇ ਕੰਮ ਹਿਜੜਿਆਂ ਵਾਲੇ, ਤੁਸੀਂ ਚੂੜੀਆਂ ਪਾ ਲਓ, ਜੇ ਤੁਹਾਡੇ 'ਚ ਇੰਨੀ ਹਿੰਮਤ ਨਹੀਂ ਗੀ ਕਿਸੇ ਦੇ ਗਾੜੀ ਜਾਣ ਦੀ, ਕਿਸੇ ਦੇ ਆਪ ਮੂੰਹ ਦੇ ਅਕਾਲ ਖਮਾਲ ਦੀ, ਤੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕਿਉਂ ਭੜਕਾਉਂਦੇ ਜੋ? ਉਹ ਤੁਸੀਂ ਯਾਦ ਕਰੋ ਉਸ ਸਮੇਂ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ, ਜੋ ਬਲੀਦਾਨ ਦਿੱਤਾ ਵਾ ਤੁਹਾਡੀ ਖਾਤਰ। ਤੁਸੀਂ ਵਿਸ਼ਵਾਸ ਘਾਤੀ ਜੋ ਸਿੱਖ ਕੌਮ ਨਾਲ, ਵਿਸ਼ਵਾਸ ਘਾਤ ਕਰਨ ਵਾਲੇ। ਉਹ ਜਦੋਂ ਪੰਡਿਤ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਫਰਿਆਦੀ ਹੋ ਕੇ ਗਏ ਸਨ, ਤੇ ਫਰਿਆਦ ਕੀਤੀ ਸਾਡਾ ਡੁੱਬਦਾ ਧਰਮ ਬਚਾਓ, ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਆਗਰੇ ਤੋਂ ਗ੍ਰਿਫਤਾਰੀ ਦੇ ਕੇ, ਗ੍ਰਿਫਤਾਰ ਕਰਕੇ ਦਿੱਲੀ ਜਦੋਂ ਲੈਂਦਾ ਗਿਆ, ਤੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਸੀਸ ਦਾ ਬਲੀਦਾਨ ਦਿੱਤਾ। ਉਹ ਦਿਨ ਭੁੱਲ ਗਏ ਜੋ ਤੁਸੀਂ, ਜਿੱਦਣ ਸਭਾ ਮਣ ਜਨੇਊ ਲਾ ਕੇ ਔਰੰਗਜ਼ੇਬ ਰੋਟੀ ਖਾਂਦਾ ਸੀ, ਉਦੋਂ ਇਹਨਾਂ ਸਿੱਖਾਂ ਨੇ ਤੁਹਾਡਾ ਧਰਮ ਬਚਾਇਆ। ਉਹ ਭੁੱਲ ਗਏ ਜੋ ਅੱਜ ਤੁਸੀਂ ਸਾਰੇ ਧਰਮ ਮਨਾਉਂਦੇ ਜੋ, ਮੁਬਾਰਕ ਤੁਹਾਨੂੰ, ਪਰ ਤੁਹਾਨੂੰ ਅਸਲ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਿੰਦੂ ਧਰਮ ਨੂੰ ਮਨਾਉਣਾ ਚਾਹੀਦਾ ਵਾ, ਜੋ ਉਹਨਾਂ ਤੁਹਾਡੇ ਵਾਸਤੇ ਇੰਨਾ ਬਲੀਦਾਨ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕਾਰਨਾਮਿਆਂ ਨੂੰ ਭੁੱਲ ਗਏ ਜੋ? ਭੁੱਲ ਗਏ ਉਹਨਾਂ ਦੇ ਕਾਰਨਾਮੇ ਕੀਤਿਆਂ ਨੂੰ? ਇਸ ਕਰਕੇ ਮੈਂ ਉਹਨਾਂ ਸ਼ਿਵ ਸੈਨਾ ਨੂੰ ਜਿਹੜੇ ਬੀਬੀ ਨਾਨਕੀ ਦੇ ਬਾਰੇ ਬਹੁਤ ਗਲਤ ਬੋਲ ਰਹੇ ਆ, ਭਾਈ ਮਰਦਾਨਾ ਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਨੇ ਬਹੁਤ ਵੱਡੀਆਂ ਸਭਾਵਾਂ ਨਿਭਾਈਆਂ, ਉਹਨਾਂ ਨੂੰ ਮਾੜਾ ਬੋਲਿਆ ਜਾ ਰਿਹਾ ਵਾ। ਮੈਂ ਉਹਨਾਂ ਸ਼ਿਵ ਸੈਨਾ ਵਾਲਿਆਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਵਾਂ, ਉਹਨਾਂ ਮਸੰਦਾਂ ਨੂੰ ਜਿਹੜੇ ਗਲਤ ਬੋਲ ਰਹੇ ਆ, ਵੀ ਤੁਸੀਂ ਉਸ ਸਮੇਂ ਨੂੰ, ਇਤਿਹਾਸ ਨੂੰ ਪੜ੍ਹੋ ਪਹਿਲੋਂ, ਵੀ ਸਿੱਖ ਕੌਮ ਦੇ ਆਸਾਨ ਕੀ ਆ ਤੁਹਾਡੇ ਸਿਰਾਂ ਦੇ ਉੱਤੇ? ਤੁਸੀਂ ਬਿਲਕੁਲ ਗਦਾਰੀਆਂ ਕਰਨ ਦੇ ਤੁਲ ਗਏ ਜੋ? ਮੋਦੀ ਤੋਂ ਲੈ ਕੇ ਥੱਲੇ ਤੱਕ ਗਦਾਰ ਬਣ ਗਏ ਜੋ? ਸਿੱਖ ਕੌਮ ਦੇ ਖੂਨ ਦੇ ਪਿਆਸੇ ਬਣ ਗਏ ਜੋ? ਅਸੀਂ ਤੁਹਾਡੇ ਧਰਮ ਬਚਾਉਣ ਵਾਲੇ, ਸਾਡੇ ਗੁਰੂ ਸਾਹਿਬ, ਸਾਡੇ ਗੁਰੂ ਸਾਹਿਬ ਨੇ ਬਲੀਦਾਨ ਦਿੱਤੇ, ਕਦੀ ਤੁਸੀਂ ਉਹਨਾਂ ਦਾ ਦਿਨ ਮਨਾਇਆ ਵਾ? ਅੱਜ ਤੁਸੀਂ ਗਲਤ ਗਲਤ ਭਾਸ਼ਣ ਕਰਦੇ ਜੋ, ਗਲਤ ਗਲਤ ਸੋਸ਼ਲ ਮੀਡੀਆ ਦੇ ਕਦੀ ਨਾ ਕਦੀ ਨਵੀਂ ਤੋਂ ਨਵੀਂ ਤੁਹਾਡੀ ਤਾਜ਼ੀ ਖਬਰ ਸੁਣੀਦਾ। ਤੁਸੀਂ ਚੰਦ ਗੱਲ ਮੈਂ ਖਾਤਰ ਲੈਣ ਦੀ ਖਾਤਰ ਸਿੱਖ ਕੌਮ ਨੂੰ ਔਰ ਗੁਰੂ ਪੰਥ ਖਾਲਸੇ ਨੂੰ ਉਹਨਾਂ ਦੀਆਂ ਭਾਵਨਾ ਭੜਕਾਉਂਦੇ ਜੋ, ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੇ ਜੋ, ਤੇ ਭੜਕਾਉਂਦੇ ਤੁਸੀਂ ਕਿਸ ਖਾਤਰ ਜੋ? ਵੀ ਅਸੀਂ ਇਹਨਾਂ ਦੀਆਂ ਭਾਵਨਾਵਾਂ ਨੂੰ ਭੜਕਾਈਏ, ਇਹ ਗਰਮ ਹੋ ਕੇ ਸਾਨੂੰ ਕੁਛ ਬੋਲਣ, ਅਸੀਂ ਸਰਕਾਰ ਨੂੰ ਐਪਲੀਕੇਸ਼ਨ ਦਈਏ ਤੇ ਸਾਨੂੰ ਗੱਲ ਮਿਲ ਸਕਣ,
लख लख झांडे हर गन मैं लैन दी बहुत हिंदू वीर चंगे चंगे जो सिख कौम का सत्कार करते रहे जो गुरुआ साहबां दे नाल प्यार करते रहे जिन्हें चंगे चंगे हिंदू आ वो जिन्हां दे रकाबगंज दिल्ली नतमस्तक ना होण शीशगंज ना जाण वो अपने कारोबारों ते नहीं जाते दो दो बजे उठ के अमृत वेले एक एक बजे उठ के असीं जदों दिल्ली जाने देखते हैं हिंदू परिवार गुरु साहब की सभावां विच हाजिर होंदे आ वो तुसीं क्यों हिंदुआं दा अक्ष खराब कर रहे जो वो तुसीं कड़े हिंदू जो वो तुसीं अपनी जानकारी दो हिंदुआं नूं दूजिआं नूं तुहानूं बहुत ज्यादा वीर हिंदू वो तुहानूं पुछ रहे आ वी तुसीं दसो की ठेका लिया हिंदू धर्म दा तुसीं कितें दे ठेकेदार जो जिहड़े इन्नियां गंदियां शब्दावलियां वरतदे हो तुसीं इन्ने गंदे इंसान जो तुहानूं बिलकुल नहीं पता लगता गुरु साहब ने की तुहाडे वास्ते कीता तुसीं उहनां वास्ते की बोलदे जो तुहाडीआं जबानां सड़ जाणीआं चाहीदीआं इस करके खबरदार हो जाओ बिल्कुल सिख कौम के गुरुआं पीरां दे उल्टना बिल्कुल खबरदार हो जाओ यार क्यों तुसीं अपना भारत देश का अक्ष खराब कर रहे जो क्यों तुहां फसाद पा रहे नवी तो नवी तुहां कले खड़ी कर देंदे जो है देश का माहौल खराब कर रहे जो भारत देश का माहौल खराब कर रहे जो जे ਤੁਹਾਡਾ ਪ੍ਰਧਾਨਮੰਤਰੀ ਬਣ ਗਿਆ ਤੁਸੀਂ ਇੰਨੇ ਭੂਏ ਚੜ ਗਏ ਜੋ ਮਰਜ਼ੀ ਬੋਲੀ ਜਾਂਦੇ ਜੋ ਤੁਹਾਡਾ ਪ੍ਰਧਾਨਮੰਤਰੀ ਵੀ ਤੁਹਾਡੀ ਲਗਾਮ ਨਹੀਂ ਕੱਸਦਾ ਇਸ ਕਰਕੇ ਕੋਈ ਹੋਸ਼ ਕਰੋ ਕੋਈ ਸੋਚੋ ਠੀਕ ਹੈ ਦਾਸ ਇੰਨੀਆਂ ਬੇਨਤੀਆਂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।